ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂ ਐਸ ਏ ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ ਸਭ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ, ਅੱਜ ਸ਼ਨਿਚਰਵਾਰ ਦਾ ਦਿਨ 12 ਮਾਰਚ, ਸਵੇਰ ਦੇ ਪ੍ਰੋਗਰਾਮ ਦੇ ਵਿੱਚ ਆਪ ਨੂੰ ਜੀ ਇਹਨੂੰ ਆਖਦੇ ਹਾਂ ਅਤੇ ਸਾਡੇ ਨਾਲ ਅੱਜ ਦੀ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ 'ਚ ਜੁੜਦੇ ਨੇ ਬਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂ ਸਰੀਆ ਜੀ। ਮਿੰਟੂ ਗੁਰੂ ਸਰੀਆ ਜੀ, ਜੀ ਇਹਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸੁਬੇਦਾ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਸਤਰਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਰੈਂਚੋ ਗਡੋਵਾ ਤੋਂ, ਸੁਰਿੰਦਰ ਸਿੰਘ ਕਾਲੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ ਅਤੇ ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰੀਜ਼ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਪਰਮਾਤਮਾ ਇਹਨਾਂ 'ਤੇ ਮੇਰੇ ਪ੍ਰਯਤਨ ਬਣਾ ਕੇ ਰੱਖੇ। ਅਤੇ ਜੇ ਤੁਸੀਂ ਵੀ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9698 ਦੇ ਉੱਤੇ, 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਕਰੀਏ ਸ਼ੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸਾਂ ਦੇ ਵਿੱਚ 3 ਗ੍ਰਿਫਤਾਰ। ਇਹ ਫਿਰ ਸਿਲਸਿਲਾ ਜਿੱਦਾਂ ਕਹਿ ਲਈਏ ਕਿ ਰੁਕਿਆ ਹੋਇਆ ਸਿਲਸਿਲਾ ਸ਼ੁਰੂ ਹੋਇਆ, ਪਰ ਚੰਗੀ ਗੱਲ ਇਹ ਰਹੀ ਕਿ ਜਿਹੜੇ ਇਹ ਕੁਕਰਮ ਕਰਨ ਵਾਲੇ ਸਨ, ਜਿਹੜੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਨ, ਉਹ ਫੜੇ ਗਏ ਮੌਕੇ ਤੇ। ਨਹੀਂ ਤਾਂ ਫਿਰ ਤੁਹਾਨੂੰ ਪਤਾ ਕਿ ਜਿਹੜਾ ਅੱਗੇ ਅਸੀਂ ਦੇਖਿਆ ਪੰਜਾਬ ਕਿੰਨਾ ਹਾਲਾਤਾਂ ਦੇ ਵਿੱਚੋਂ ਗੁਜ਼ਰਿਆ ਔਰ ਕਿੰਨਾ ਨੁਕਸਾਨ ਵੀ ਹੋਇਆ, ਉਹ ਸਭ ਕੁਛ ਫਿਰ ਹੋ ਸਕਦਾ ਸੀਗਾ। ਪਰ ਚੰਗੇ ਭਾਗ ਇਸ ਵਾਰੀ ਇਹ ਰਹੇ ਕਿ ਇਹ ਜਿਹੜੇ ਬੰਦੇ ਸੀਗੇ 3, ਉਹ ਫੜ ਲਏ ਗਏ। ਇੱਕ ਘਟਨਾ ਹੈਗੀ ਹੈ, ਰਾਮ ਦੀ ਵਾਲੀ ਪਿੰਡ ਆ, ਮਜੀਠਾ ਜਿਹੜਾ ਹਲਕਾ ਉਹਦੇ ਅਧੀਨ ਹੀ ਆਉਂਦਾ, ਰਾਮ ਦੀ ਵਾਲੀ ਮੁਸਲਮਾਨਾਂ ਦਾ ਪਿੰਡ ਆ, ਕੋਈ ਰਾਮ ਦੀ ਵਾਲੀ ਮੁਸਲਮਾਨਾਂ। ਉਸ ਪਿੰਡ ਦੇ ਵਿੱਚ ਜੀਵਨ ਸਿੰਘ ਭਾਈ ਜੀਵਨ ਸਿੰਘ ਦਾ ਗੁਰਦੁਆਰਾ ਸੀਗਾ, ਉਹਦੇ ਵਿੱਚ 3 ਜਾਣੇ ਵੜੇ ਕਿ ਵੜੇ ਤੇ ਗੋਲਕ ਚੋਰੀ ਕਰਨ ਦੀ ਮਨਸ਼ਾ ਨਾਲ ਸਨ, ਪਰ ਇਹਨਾਂ ਨੇ ਚੋਰੀ ਕਰਦਿਆਂ ਉਹ ਉੱਥੇ ਜੋ ਸਰੂਪ ਹੈ, ਪਾਵਨ ਸਰੂਪ, ਉਹ ਇਕੱਤਰ ਕਰਕੇ ਅਗਨ ਭੇਟ ਕਰ ਦਿੱਤੇ ਕਿ ਇਹ ਮਸਲਾ ਜਿਹੜਾ ਦੂਜੇ ਪਾਸੇ ਚਲਾ ਜਾਵੇ, ਇੱਧਰ ਧਿਆਨ ਨਾ ਜਾਵੇ ਚੋਰੀ ਵਾਲੇ ਪਾਸੇ। ਪਰ ਲਾਗਲੇ ਘਰ ਦੇ ਕਿਸੇ ਜੀ ਨੇ ਇਹਨਾਂ ਨੂੰ ਦੇਖ ਲਿਆ ਔਰ ਇੱਕ ਇਹ ਫੜ ਲਿਆ ਗਿਆ, ਦੂਸਰੇ 2 ਜਿਹੜੇ ਸੀਗੇ ਫਿਰ ਉਹਦੀ ਨਿਸ਼ਾਨਦੇਹੀ ਤੇ ਫੜ ਲਏ ਗਏ। ਯਾਨੀ 3 ਹੀ ਫੜ ਲਏ ਗਏ, 3 ਗ੍ਰਿਫਤਾਰ ਕਰ ਲਏ ਗਏ। ਦੱਸਦੇ ਆ ਕਿ ਇਹਨਾਂ ਦੇ ਵਿੱਚੋਂ ਜਿਹੜੇ ਨੌਜਵਾਨ ਆ 3, ਦਾ ਨਾਮ ਪੀਟੂ ਹੈ, ਉਹਦੇ ਤੇ ਪਹਿਲਾਂ ਹੀ ਕੇਸ ਚੱਲਦੇ ਆ ਚੋਰੀ ਚਕਾਰੀ ਦੇ। ਰਾਜੂ ਮਸੀਹ ਹੈ, ਇੱਕ ਸ਼ਮਸ਼ੇਰ ਆ, 3 ਜਾਣੇ ਆ। ਤਾਂ ਇਹ ਟੀਟੂ ਤੇ ਪਹਿਲਾਂ ਵੀ ਗੋਲਕ ਚੋਰੀ ਦਾ ਜਿਹੜਾ ਕੇਸ ਹੋਇਆ, ਸੋ ਇਹ ਚੋਰੀ ਦੀ ਮਨਸ਼ਾ ਨਾਲ ਆਏ ਸਨ, ਇਹ ਗੱਲ ਸਾਫ਼ ਹੋ ਗਈ ਆ। ਸਾਰੇ ਪਿੰਡ ਨੇ ਉਹਨਾਂ ਦਾ ਕਿਰਦਾਰ ਵੀ ਦੱਸ ਦਿੱਤਾ ਕਿ ਇਸ ਤਰ੍ਹਾਂ ਦੇ ਚੋਰੀ ਚਕਾਰੀ ਵਾਲੇ ਸਨ। ਚਲੋ, ਇਹ ਬਹੁਤ ਬਹੁਤ ਜ਼ਿਆਦਾ ਮਾੜੀ ਘਟਨਾ ਆ, ਪਰ ਇੰਨਾ ਅਸੀਂ ਕਹਿ ਸਕਦੇ ਹਾਂ ਕਿ ਇਹ ਬੰਦੇ ਫੜੇ ਗਏ, ਮੌਕੇ ਤੇ ਗ੍ਰਿਫਤਾਰ ਕਰ ਲਏ ਗਏ। ਕੇਸ ਦਰਜ ਹੋਇਆ, ਕੇਸ ਉਹੀ ਦਰਜ ਹੋਇਆ 295A ਦਾ। 295A ਧਾਰਮਿਕ ਭਾਵਨਾਵਾਂ ਭੜਕਾਉਣ ਦੀ ਜਿਹੜੀ ਧਾਰਾ ਲੱਗਦੀ ਆ ਉਹੀ ਲੱਗੇਗੀ। ਇਹਨਾਂ ਨੇ ਜਦੋਂ ਪਿਛਲੇ ਸਾਲ ਵਾਪਰੀਆਂ ਸੀ ਇਸ ਤਰ੍ਹਾਂ ਦੀਆਂ ਘਟਨਾਵਾਂ, ਇਹਨਾਂ ਨੇ ਬੜੇ ਜ਼ੋਰ ਸ਼ੋਰ ਨਾਲ ਕਿਹਾ ਸੀਗਾ ਕਿ ਅਸੀਂ ਬਹੁਤ ਸਖ਼ਤ ਕਾਨੂੰਨ ਲਿਆ ਰਹੇ ਹਾਂ, ਅਸੀਂ ਬਹੁਤ ਇੱਦਾਂ ਦਾ ਕਾਨੂੰਨ ਲਿਆਵਾਂਗੇ, ਇਹ ਕਰਾਂਗੇ, ਵੋ ਕਰਾਂਗੇ। ਪਰ ਹਾਲੇ ਤੱਕ ਜਿਹੜਾ ਬਜਟ ਇਜਲਾਸ ਵੀ ਚਲੰਤ ਬਜਟ ਇਜਲਾਸ ਵੀ ਹੈ, ਉਹਦੇ ਵਿੱਚ ਵੀ ਹਾਲੇ ਤੱਕ ਇਹ ਬਿੱਲ ਪਾਸ ਨਹੀਂ ਹੋਇਆ। ਕੋਈ ਸਜ਼ਾ ਵਧਾਉਣ ਵਾਲਾ, ਕੋਈ ਇਸ ਤਰ੍ਹਾਂ ਦਾ ਸਖ਼ਤ ਕਾਨੂੰਨ ਬਣਾਉਣ ਵਾਲਾ ਹਾਲੇ ਤੱਕ ਇਹਨਾਂ ਨੇ ਤਹੱਈਆ ਕੋਈ ਕੀਤਾ ਨਹੀਂ ਹੈ, ਸ਼ਬਦੀ ਬਿਆਨ ਜ਼ਰੂਰ ਆਏ ਆ। ਪਰ ਦੂਜੇ ਪਾਸੇ ਜੇ ਵੇਖ ਲਈਏ ਤਾਂ ਇਹਨਾਂ ਘਟਨਾਵਾਂ ਤੋਂ ਸਾਨੂੰ ਚੇਤਨ ਹੋਣਾ ਚਾਹੀਦਾ ਹੈ ਪੰਜਾਬ ਵਾਲਿਆਂ ਨੂੰ ਖਾਸ ਤੌਰ ਤੇ, ਕਿ ਜਿਸ ਤਰੀਕੇ ਦੇ ਨਾਲ ਪਿਛਲੇ ਸਾਲ ਘਟਨਾਵਾਂ ਵਾਪਰੀਆਂ, ਉਸ ਤੋਂ ਬਾਅਦ ਲੋਕ ਰੋਗ ਉਪਜਿਆ, ਚਾਹੇ ਸਰਬੱਤ ਖਾਲਸਾ ਦੇ ਰੂਪ 'ਚ ਸੀ, ਚਾਹੇ ਕੁਛ ਵੀ ਸੜਕਾਂ 'ਤੇ ਸੀਗਾ, ਕਿਸੇ ਰੂਪ 'ਚ ਵੀ, ਤਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਪੰਜਾਬ ਬਲਦੀ ਦੇ ਬੂਥੇ ਚਲਾ ਗਿਆ ਸੀਗਾ। ਤਾਂ ਉਹ ਚੀਜ਼ ਸ਼ਰਾਰਤੀ ਜਾਂ ਸਾਜ਼ਿਸ਼ੀ ਜਾਂ ਸਿਆਸਤੀ, ਕੋਈ ਵੀ ਜਿਹੜਾ ਭੈੜੀ ਤਬੀਅਤ ਰੱਖਦਾ ਹੈ, ਉਸ ਬੰਦੇ ਦੀ ਜਿਹੜੀ ਜ਼ਹਿਨੀਅਤ ਦੇ ਵਿੱਚ ਇਹ ਚੀਜ਼ ਚੱਲਦੀ ਆ
ਕਿ ਇਹਨਾਂ ਭਾਵਨਾਵਾਂ ਨੂੰ ਕਦੋਂ ਵੀ ਭੜਕਾਇਆ ਜਾ ਸਕਦਾ ਹੈ, ਉਹਨਾਂ ਦੇ ਆਧਾਰ ਤੇ ਸਿਆਸਤ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ, ਸਿੱਖਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ, ਪੰਜਾਬ ਨੂੰ ਬਹੁਤ ਬੁਰੀ ਤਰ੍ਹਾਂ ਕਹਿ ਲਈਏ ਕਿ ਉਹਦੀ ਸਾਖ ਤੇ ਜਿਹੜਾ ਦਾਗ ਲਾਇਆ ਜਾ ਸਕਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਿਚਾਰ ਕੇ ਚੱਲਣਾ ਚਾਹੀਦਾ ਕਿ ਜਿਵੇਂ ਜਿਵੇਂ 2017 ਨੇੜੇ ਆਉਂਦਾ, ਚੌਕਸੀ ਜਾਂ ਚੇਤਨਤਾ ਜਾਂ ਆਪਣਾ ਜਿਹੜਾ ਆਪਣੇ ਪੱਧਰ ਤੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਵੇਂ ਇਸ ਪਿੰਡ ਨੇ ਕੀਤਾ ਕਿ ਆਪਣੀ ਸੁਹਿਰਦਤਾ ਦੇ ਨਾਲ, ਆਪਣੀ ਜਾਗਰਤੀ ਦੇ ਨਾਲ ਇਹਨਾਂ ਨੇ ਫੜ ਲਿਆ, ਤਾਂ ਇਹੋ ਜਿਹੀ ਚੀਜ਼ ਜਿਹੜੀ ਆ ਇੱਕ ਲਹਿਰ ਦੇ ਰੂਪ ਵਿੱਚ ਰੱਖਣੀ ਪਵੇਗੀ। ਸਾਨੂੰ ਚੁਕੰਨੇ ਰਹਿਣਾ ਪਵੇਗਾ, ਅਸੀਂ ਅਵੇਸਲੇ ਨਹੀਂ ਹੋ ਸਕਦੇ, ਕਿਉਂਕਿ ਇਹ ਘਟਨਾਵਾਂ ਜਿਹੜੀਆਂ ਜੋ ਪਿਛਲੀਆਂ ਵਾਪਰੀਆਂ ਔਰ ਜੋ ਇਹ ਇੱਕ ਸਿਆਸੀ ਜਿੱਦਾਂ ਬਣ ਜਾਂਦਾ ਕਿ ਸਿਆਸੀ ਸਮੀਕਰਨ ਬਣਨੇ ਵਿਗੜਨੇ ਸ਼ੁਰੂ ਹੋ ਜਾਂਦੇ ਆ, ਤਾਂ ਉਸ ਆਧਾਰ ਤੇ ਸਾਜਿਸ਼ ਕਦੇ ਵੀ ਹੋ ਸਕਦੀ। ਇਸ ਕਰਕੇ ਲੋੜ ਹੈ ਚੌਕਸੀ ਵਧਾਉਣ ਦੀ। ਪਰ ਇਹਨਾਂ ਮਾਮਲਿਆਂ 'ਚ ਦੇਖ ਲਓ ਪਿਛਲੇ ਸਾਲ ਵਾਲੇ ਔਰ ਇਹਨਾਂ ਮਾਮਲਿਆਂ 'ਚ ਦੇਖੀਏ, ਪੰਜਾਬ ਪੁਲਿਸ ਹੈ ਜਿਹੜੀ ਉਹ ਉਦੋਂ ਵੀ ਨਿੱਲ ਸੀ, ਅੱਜ ਵੀ ਨਿੱਲ ਆ। ਪੰਜਾਬ ਪੁਲਿਸ ਦਾ ਕਿਤੇ ਵੀ ਰੋਲ ਨਹੀਂ, ਪਿੰਡ ਵਾਲਿਆਂ ਨੇ ਫੜ ਲਿਆ, ਫੜ ਕੇ ਅਦਾਲਤ 'ਚ ਪੇਸ਼ ਕਰ ਦਿੱਤਾ, ਨਾਲ ਲਿਖ ਦਿੱਤਾ, ਇਸ ਤੋਂ ਬਾਅਦ ਪੁਲਿਸ ਕਿਤੇ ਵੀ ਕੋਈ ਨਜ਼ਰ ਨਹੀਂ ਆਉਂਦੀ। ਜੀ ਜੀ, ਵੱਡੀ ਇਹੀ ਗੱਲ ਆ ਜੀ, ਵੀ ਇਹਨਾਂ ਨੂੰ ਕੋਈ ਇਸ ਚੀਜ਼ ਦਾ ਫਿਕਰ ਹੀ ਜਿਹੜਾ ਹੈ ਉਹ ਨਜ਼ਰ ਨਹੀਂ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਬਾਦਲਾਂ ਤੋਂ ਪਰੇਸ਼ਾਨ ਆ ਤੇ ਪੰਜਾਬ ਦੇ ਕਿਸਾਨ ਬੱਦਲਾਂ ਤੋਂ। ਹਾਂ ਜੀ, ਹੇਠਾਂ ਬਾਦਲ ਉੱਤੇ ਬੱਦਲ, ਕਿਸਾਨ ਕਿੱਧਰ ਜਾਏਗਾ ਜੀ? ਕਿਸਾਨ ਤਾਂ ਫਿਰ ਜਿਹੜਾ ਆ ਉਹ ਦੋਨਾਂ ਪਾਸਿਓਂ ਸ਼ਿਕਾਰ ਹੋ ਰਿਹਾ, ਸਰਕਾਰੀ ਨੀਤੀਆਂ ਦਾ ਵੀ ਤੇ ਬਾਦਲਾਂ ਦੀਆਂ ਬਦ ਨੀਤੀਆਂ ਦਾ ਵੀ। ਔਰ ਖਮਿਆਜ਼ਾ ਜਿਹੜਾ ਉਹ ਉਸ ਸਮੇਂ ਕਿਸਾਨ ਪੈਂਦਾ ਜਦੋਂ ਉਹਦੇ ਸੁਪਨੇ ਜੰਮ ਕੇ ਜਵਾਨ ਹੋ ਜਾਂਦੇ ਆ, ਉਸ ਸਮੇਂ ਜਵਾਨ ਹੋਏ ਸੁਪਨਿਆਂ ਦੇ ਗਾਟੇ ਜਾਂ ਤਾਂ ਕੁਦਰਤੀ ਆਫਤ ਲਾ ਦਿੰਦੀ ਹੈ ਜਾਂ ਜਿਹੜੀ ਇਹ ਸਰਕਾਰਾਂ ਦੀ ਨੀਤੀ ਹੈ ਉਹ ਲਾ ਦਿੰਦੀ ਹੈ। ਜੰਮ ਕੇ ਜਵਾਨ ਹੋਏ ਸੁਪਨੇ ਜਦੋਂ ਮਰਦੇ ਆ ਤਾਂ ਫਿਰ ਅੱਖਾਂ ਜਿਹੜੀਆਂ ਉਹ ਪੱਥਰਾਂ ਦੀਆਂ ਸਿੱਲ ਬਣ ਜਾਂਦੀਆਂ, ਉਹ ਜ਼ੁਬਾਨ ਹੈ ਜਿਹੜੀ ਉਹਦੇ ਚ ਸ਼ਬਦ ਨੀ, ਉਹਦੇ ਚ ਕੀਰ ਨਹੀਂ ਨਿਕਲਦੇ ਆ। ਚੁੱਲ੍ਹਿਆਂ ਦੇ ਵਿੱਚੋਂ ਧੂੰਆਂ ਨੀ, ਫਿਰ ਤੁਹਾਨੂੰ ਪਤਾ ਕਿ ਚੁੱਲ੍ਹਿਆਂ ਦੇ ਵਿੱਚੋਂ ਹੌਕੇ ਹਾਵਿਆਂ ਦਾ ਸੇਕ ਨਿਕਲਦਾ। ਇਹੀ ਕੁਛ ਹੋ ਰਿਹਾ ਕਿਸਾਨਾਂ ਦੇ ਨਾਲ। ਫਸਲ ਜਿਹੜੀ ਬੀਜੀ, ਚਾਵਾਂ ਦੀ ਫਸਲ, ਸੱਦਰਾਂ ਦੀ ਫਸਲ, ਫਸਲ ਹੋਏਗੀ, ਰਬੀ ਦੀ ਫਸਲ ਆਏਗੀ, ਹਾੜੀ ਆਏਗੀ, ਧੀ ਤੋਰਾਂਗੇ, ਪੁੱਤ ਦੀ ਖੀਸ ਲਾਂਗੇ, ਬੇਬੇ ਬਾਪੂ ਦੀਆਂ ਐਨਕਾਂ, ਘਰ ਵਾਲੀ ਦੀਆਂ ਵਿਚਾਰੀ ਦੀਆਂ ਜਿਹੜੀਆਂ ਟੁੱਟੀਆਂ ਚੱਪਲਾਂ ਉਹ ਬਦਲਾਂਗੇ। ਪਤਾ ਹੀ ਨੀ ਕਿੰਨੀਆਂ ਕੁ ਉਮੀਦਾਂ ਇੱਕ ਫਸਲ ਦੇ ਨਾਲ ਜੁੜੀਆਂ ਹੁੰਦੀਆਂ। ਸਾਰਾ ਸੰਸਾਰ ਜਿਵੇਂ ਕਹਿ ਲਈਏ ਕਿਸਾਨ ਦਾ ਸੰਸਾਰ ਹੈ ਜਿਹੜਾ ਉਹ ਖੁੱਲੇ ਅਸਮਾਨ ਦੇ ਹੇਠ ਪਿਆ ਹੁੰਦਾ ਖਜ਼ਾਨਾ ਉਹਦੇ ਸੁਪਨਿਆਂ ਦਾ। ਸੋ ਉਹ ਇੱਕ ਵਾਰ ਫਿਰ ਜਿਹੜਾ ਐਨ ਮੌਕੇ ਤੇ ਜਦੋਂ ਫਸਲ ਤਿਆਰ ਆ ਤਾਂ ਅਸਮਾਨ ਦੇ ਵਿੱਚੋਂ ਬਿਪਤਾ ਵਰ ਪਈ ਹੈ। ਪੂਰਾ ਪੰਜਾਬ ਹੈ ਜਿਹੜਾ ਉਹ ਇਸ ਮੌਸਮ ਦੀ ਚਪੇਟ ਦੇ ਵਿੱਚ ਆ ਗਿਆ। ਕੱਲ ਮੀਂਹ ਸ਼ੁਰੂ ਹੋਇਆ ਸੀ, ਅੱਜ ਉਹਨੇ ਮਾਲਵਾ, ਮਾਝਾ, ਦੁਆਬਾ ਹਾਲੇ ਥੋੜਾ ਜਿਹਾ ਬਚਿਆ ਹੈ, ਤਾਂ ਮਾਲਵਾ, ਮਾਝਾ ਪੂਰੀ ਤਰ੍ਹਾਂ ਆਪਣੀ ਲਪੇਟ ਚ ਲੈ ਲਿਆ। ਕਾਫੀ ਨੁਕਸਾਨ ਹੋਇਆ, ਕਣਕਾਂ ਵਿਛ ਗਈਆਂ, ਕਈ ਥਾਵਾਂ ਤੇ ਗੜੇਮਾਰੀ ਹੋ ਗਈ ਹੈ, ਕਣਕਾਂ ਜਿਹੜੀਆਂ ਡਿੱਗ ਪਈਆਂ ਉਹਨਾਂ ਚ ਪਾਣੀ ਖੜ ਗਿਆ। ਹੁਣ ਮਸਲਾ ਫਿਰ ਉੱਥੇ ਦਾ ਉੱਥੇ ਬਣ ਜਾਣਾ ਜੀ, ਪਿਛਲੇ ਸਾਲ ਵੀ ਏਦਾਂ ਹੋਇਆ, ਪਿਛਲੇ ਤੋਂ ਪਿਛਲੇ ਸਾਲ ਵੀ ਏਦਾਂ ਹੋਇਆ। ਹੁਣ ਕਿਸਾਨ ਹੈ ਜਿਹੜਾ, ਦੇਖੋ ਪਿਛਲੀ ਨਰਮੇ ਦੀ ਫਸਲ ਹੈ ਜਿਹੜੀ ਮਾਲਵੇ ਦੇ ਵਿੱਚੋਂ ਮਾਰੀ ਗਈ, ਉਹਨਾਂ ਨੇ ਫੜ ਫੜਾ ਕੇ ਐਤਕੀ ਕਣਕ ਬੀਜੀ, ਕਣਕ ਦਾ ਹਾਲ ਇਹ ਹੋ ਗਿਆ ਕਿ ਹੁਣ ਦੇਖੋ ਜਿਹੜੀ ਬਚ ਗਈ, ਪਹਿਲੀ ਗੱਲ ਤੇ ਝਾੜ ਹੈ ਜਿਹੜਾ ਉਹ ਘੱਟ ਜਾਣਾ ਹੈ, ਜਿਹੜੀ ਕਣਕ 50 ਮਣ ਝੜਨੀ ਸੀ ਉਹ 30-35 ਤੇ ਰਹਿ ਜਾਏਗੀ, 30-35 ਵਾਲੀ ਜਦੋਂ ਮੰਡੀ ਚ ਜਾਏਗੀ ਉਹ ਜਿਹੜਾ ਫੂਡ ਸਪਲਾਈ ਉਹ ਜਿਹੜਾ ਇੰਸਪੈਕਟਰ ਹੋਏਗਾ ਮੰਡੀ ਦਾ, ਕਿੰਨਾ ਤੇ ਉਹ ਆਨਾਕਾਨੀ ਕਰੇਗਾ, ਕਣਕ ਕਾਲੀ ਹੈ, ਗਿੱਲੀ ਹੈ, ਗਿੱਲੀ ਹੈ, ਉਹ ਹੈ, ਜੋ ਹੈ, ਫਿਰ ਕਾਟ ਲੱਗੇਗੀ, ਫਿਰ ਉਹ ਜਿਹੜੀ ਹੈ ਨਾਲ ਐਕਸਟਰਾ ਵੱਟਾ ਲਾਇਆ ਜਾਏਗਾ, ਸੋ ਨਾਲ ਰਿਸ਼ਵਤ ਲਈ ਜਾਏਗੀ, ਯਾਨੀ ਕਿਸਾਨ 400 ਫੇਰਿਓ ਫਿਰ ਮਾਰਿਆ ਗਿਆ। ਕਿਸਾਨ ਦੀ ਜਿਹੜੀ ਆਰਥਿਕਤਾ ਆ ਉਹ ਹਾਲੇ ਵੀ ਲੱਗੇਗੀ, ਅੱਗੇ ਜਾ ਕੇ ਵੀ ਲੱਗੇਗੀ, ਕਿਉਂਕਿ ਜਿਹਦੀ ਕਣਕ ਵਿਛਗੀ, ਜਿਹੜੀ ਗਿੰਦਰੀ ਕਣਕ ਆ ਉਹ ਤੇ ਬਿਲਕੁਲ ਜਿਹੜੀ ਆ ਉਹ ਧਰਤੀ ਦੇ ਨਾਲ ਲੱਗ ਗਈ, ਡਿੱਗ ਪਈ, ਉਹਦਾ ਝਾੜ ਤੇ ਸਗੋਂ ਜ਼ਿਆਦਾ ਕੱਟ ਦੇਣਾ। ਸੋ ਵੱਡਾ ਆਰਥਿਕ ਨੁਕਸਾਨ ਇੱਕ ਵਾਰੀ ਫੇਰ ਆ। ਹੁਣ ਵੀ ਜੇ ਤਾਲਾ ਹੋ ਜਾਵੇ, ਮੌਸਮ ਸਾਫ਼ ਹੋ ਜਾਵੇ, ਕੁਛ ਨਾ ਕੁਛ ਬਚਾਇਆ, ਪਰ ਹਾਲੇ ਕੱਲ੍ਹ ਦਾ ਦਿਨ ਮੌਸਮ ਵਿਗਿਆਨੀ ਦੱਸਦੇ ਆ ਕਿ ਬੜਾ ਖਤਰਨਾਕ ਹੈ ਪੰਜਾਬ ਲਈ, ਭਾਰੂ ਹੈ। ਚੇਤਾਵਨੀ ਅਗਾਊ ਹੀ ਆ ਗਈ ਸੀਗੀ ਮੌਸਮ ਵਿਗਿਆਨੀਆਂ ਦੀ ਕਿ 11 ਤੋਂ ਲੈ ਕੇ 13 ਤੱਕ
बहुत भारी वर्खा है पंजाब दे विच। सो कल का दिन हुण देखदे आ किस तरह का होएगा, पर कुल मिला के जे देखिए किसान एक बार फिर रगड़िया गया, किसान एक बार फिर नुकसान जिहड़ा उठा बैठा। ये जिहड़ियां कुदरती आफत है इन्हां तों बचण दा इको एक तरीका है जी कि देखो सारा नूं सारे खेतों नूं असीं कवर नहीं कर सकते, पर बीमा पॉलिसी दे नाल जिहड़ी वधिया इक बीमा योजना होवे फसली बीमा योजना उहदे नाल असीं इन्हां खेतों नूं कवर कर सकते हैं। पर अफसोस साडे जिहड़े नेता आ जां जिहड़े नीति घाड़े आ ਉਹ ਇਹ ਚੀਜ਼ ਨੂੰ ਲਾਗੂ ਕਰਨ ਦੇ ਹੱਕ 'ਚ ਹੀ ਨੇ। ਇਹਨਾਂ ਨੇ ਬੀਮਾ ਪਾਲਿਸੀ ਸੈਂਟਰ ਵਾਲਿਆਂ ਬਣਾਈ, ਪਰ ਉਹਦੇ 'ਚ ਇੰਨੀਆਂ ਉਣਤਾਈਆਂ ਸੀਗੀਆਂ ਉਹ ਸਾਡੇ ਇਹਨਾਂ ਲੀਡਰਾਂ ਨੇ ਪਿੱਛੇ ਮੋੜ ਦਿੱਤੀ। ਇਹਨਾਂ ਨੂੰ ਪਤਾ ਸੀ ਅਸੀਂ ਲਾਗੂ ਕਰ ਲਈ ਉਹ ਸਾਡੇ ਗੱਲ ਦਾ ਸੱਪ ਬਣ ਜਾਣੀ ਹੈ। ਜੀ ਜੀ ਬਿਲਕੁਲ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਆਦਿਵਾਸੀ ਕਾਰਕੁਨ ਸੋਨੀ ਸੋਰੀ ਦੀ ਭੈਣ ਨੂੰ ਹੋਸਟਲ ਤੋਂ ਅਗਵਾ ਕਰ ਲਿਆ ਗਿਆ। ਇਸ ਤਰ੍ਹਾਂ ਦੀਆਂ ਕੁਛ ਕਹਾਣੀਆਂ ਹੁੰਦੀਆਂ ਜੀ ਇਸ ਮੁਲਕ ਦੇ ਵਿੱਚ ਜਿਹੜੀਆਂ ਸਾਡੇ ਕੰਨਾਂ ਤੱਕ ਪਹੁੰਚਦੀਆਂ ਨੇ। ਜਿਹੜੀ ਸੋਨੀ ਸੋਰੀ ਦਾ ਮਾਮਲਾ ਹੈ ਇਹ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਬੀਬੀ ਕੌਣ ਆ। ਸੋਨੀ ਸੋਰੀ ਉਹ ਬੀਬੀ ਹੈ ਜਿਹਨੇ ਛੱਤੀਸਗੜ੍ਹ ਦੇ ਵਿੱਚ ਆਦਿਵਾਸੀ ਜਿਹੜੇ, ਕਿਉਂਕਿ ਉੱਥੇ ਆਦਿਵਾਸੀ ਜ਼ਿਆਦੇ ਆ ਜਿਹਨਾਂ ਨੂੰ ਆਪਾਂ ਜੰਗਲ ਦੇ ਵਸ਼ਿੰਦੇ ਕਹਿ ਸਕਦੇ ਹਾਂ ਆਪਣੇ ਪੰਜਾਬੀ ਭਾਸ਼ਾ 'ਚ, ਉਹਨਾਂ ਦੇ ਹੱਕ 'ਚ ਇਸ ਬੀਬੀ ਨੇ ਬਹੁਤ ਵੱਡੀ ਲੜਾਈ ਲੜੀ ਹੈ। ਹੁਣ ਲੜਾਈ ਕਾਹਦੀ ਹੈ ਇਹ ਵੀ ਇੱਕ ਦੇਖਣ ਵਾਲੀ ਹੈ। ਜਿਹੜੇ ਰਾਸ਼ਟਰਵਾਦੀ ਹੈ, ਰਾਸ਼ਟਰ ਭਗਤ ਆ, ਉਹ ਸਾਡੇ ਵਰਗਿਆਂ ਨੂੰ ਗਾਲਾਂ ਕੱਢਦੇ ਕਈ ਵਾਰ ਜੇ ਚੰਗੀ ਗੱਲ ਕਹਿ ਦਈਏ, ਪਰ ਉਹ ਸੱਚ ਤੋਂ ਸ਼ਾਇਦ ਜਿਹੜੇ ਆ ਉਹ ਪਿੱਠ ਮੋੜ ਕੇ ਖੜੇ ਹੁੰਦੇ ਆ। ਆਦਿਵਾਸੀਆਂ ਨੂੰ ਉਜਾੜਨ ਲਈ ਲੰਮੇ ਸਮੇਂ ਤੋਂ ਜਿਹੜੀ ਸਾਡੀ ਸਟੇਟ ਆ, ਸਾਡਾ ਰਾਜ ਆ ਜਿਹੜਾ, ਉਹ ਉਤਾਰੂ ਹੋਇਆ ਹੋਇਆ ਜੰਗਲਾਂ ਨੂੰ ਉਜਾੜਿਆ ਜਾ ਰਿਹਾ, ਕਿਉਂਕਿ ਜੰਗਲਾਂ 'ਚ ਤੁਹਾਨੂੰ ਪਤਾ ਕੁਦਰਤੀ ਸੋਮੇ ਨੇ, ਬਹੁਤ ਬੇਸ਼ਕੀਮਤੀ ਜ਼ਮੀਨ ਆ। ਪਰ ਉਹ ਜਿਹੜੇ ਜੰਗਲਾਂ ਦੇ ਵਾਰਸ ਹੈ ਉਹ ਇਸ ਚੀਜ਼ ਦਾ ਵਿਰੋਧ ਕਰਦੇ ਆ। ਉਹਨਾਂ 'ਤੇ ਅਤਿਆਚਾਰ ਹੋ ਰਿਹਾ ਹੈ, ਉਹਨਾਂ 'ਤੇ ਬਹੁਤ ਜ਼ਿਆਦਾ। ਸਲਵਾ ਜੂਡਮ ਜਿਹੜੀ ਤੁਹਾਨੂੰ ਪਤਾ ਹੀ ਹੋਣਾ, ਇੱਥੇ ਇੱਕ ਚਲਾਈ ਸੀਗੀ ਲਹਿਰ ਇਹਨਾਂ ਫੌਜੀ ਕਾਰਵਾਈ ਦੇ ਨਾਮ 'ਤੇ, ਜਿਹਦੇ ਵਿੱਚ ਬਾਅਦ 'ਚ ਨਕਸਲੀਆਂ ਨੇ ਹਮਲਾ ਕਰਕੇ ਉਹ ਮੰਤਰੀ ਮੰਤਰੀ ਵੀ ਮਾਰ ਦਿੱਤਾ ਸੀਗਾ। ਸੋ ਇਹ ਬਹੁਤ ਲੰਮੀ ਕਹਾਣੀ ਹੈ। ਯਾਨੀ ਉਹ ਸੋਮੇ ਲੁੱਟਣ ਲਈ ਜਿਹੜੇ ਕੁਦਰਤੀ ਸੋਮੇ ਆ, ਜਿਹਨਾਂ ਦੇ ਮਾਲਕ ਉਹ ਜੰਗਲਾਂ ਦੇ ਵਸ਼ਿੰਦੇ ਆਦਿਵਾਸੀ ਹੈ, ਉਹਨਾਂ ਨੂੰ ਖੰਡਾ ਕੇ ਉਹਨਾਂ ਸੋਮਿਆਂ ਤੇ ਕਾਬਜ਼ ਹੋਣ ਦੀ ਇਹ ਲੜਾਈ ਹੈ। ਸੋ ਇਹ ਬੀਬੀ ਜਿਹੜੀ ਹੈ ਆਦਿਵਾਸੀਆਂ ਦੇ ਹੱਕ 'ਚ ਖੜਦੀ ਸੀ, ਰੌਲਾ ਪਾਉਂਦੀ ਸੀ ਕਿ ਇਹਨਾਂ ਨੂੰ ਇਸ ਤਰ੍ਹਾਂ ਨਾ ਉਜਾੜਿਆ ਜਾਵੇ। ਨਕਸਲੀ ਕਹਿ ਕੇ ਉੱਥੇ ਟੋਰਚਰ ਕੀਤਾ ਜਾਂਦਾ, ਮਰਦਾਂ ਨੂੰ ਇੱਜ਼ਤਾਂ ਲੁੱਟ ਲਈਆਂ ਜਾਂਦੀਆਂ, ਬਹੁਤ ਕਹਾਣੀ ਲੰਮੀ ਹੈ ਆਦਿਵਾਸੀਆਂ ਨਾਲ ਅਤਿਆਚਾਰਾਂ ਦੀ। ਸੋ ਇਹ ਬੀਬੀ ਜਿਹੜੀ ਹੈ ਰੌਲਾ ਪਾਉਂਦੀ ਸੀਗੀ, ਤਾਂ ਇਸ ਤੇ 20-22 ਦਿਨ ਹੋ ਗਏ ਆ। ਇਹਨੂੰ ਮੋਟਰਸਾਈਕਲ ਸਵਾਰ ਕੁਛ ਜਗਦਲਪੁਰ ਤੋਂ ਜਾ ਰਹੀ ਸੀਗੀ, ਰੋਕ ਲਿਆ, ਇਹਦੇ ਮੂੰਹ ਤੇ ਕੋਈ ਤੇਜ਼ਾਬ ਨੁਮਾ ਕੋਈ ਇਹੋ ਜਿਹਾ ਕੈਮੀਕਲ ਮਲ ਦਿੱਤਾ, ਇਹਦਾ ਚਿਹਰਾ ਜਿਹੜਾ ਸਾਰਾ ਲੋਹਿਆ ਗਿਆ, ਚਮੜੀ ਜਿਹੜੀ ਚਿਹਰੇ ਦੀ ਸੜ ਗਈ ਹੈ। ਹੁਣ ਇਹ ਜਿਹੜੀ ਬੀਬੀ ਹੈ ਉਹ ਹਾਲੇ ਠੀਕ ਨਹੀਂ ਹੋਈ ਪੂਰੀ ਤਰ੍ਹਾਂ, ਤੇ ਆਹ ਖਬਰ ਆ ਗਈ ਕਿ ਕੱਲ ਉਹਦੀ ਭੈਣ ਨੂੰ ਹੋਸਟਲ ਦੇ ਵਿੱਚੋਂ ਹੀ ਅਗਵਾਹ ਕਰ ਲਿਆ ਗਿਆ। ਦੱਸੋ ਇੱਕ ਬੀਬੀ ਤੇ ਏਡਾ ਤਕੜਾ ਹਮਲਾ ਹੋਇਆ ਹੋਵੇ, ਤੇ ਹਾਲੇ ਤੱਕ ਹਮਲਾਵਰ ਫੜੇ ਨਹੀਂ ਗਏ, ਉੱਤੋਂ ਉਹਦੀ ਭੈਣ ਨੂੰ ਅਗਵਾਹ ਕਰ ਲਿਆ ਗਿਆ ਹੋਸਟਲ ਦੇ ਵਿੱਚੋਂ। ਇਹੀ ਨਹੀਂ, ਇਸ ਬੀਬੀ ਦੇ ਘਰ ਵਾਲਿਆਂ ਤੇ ਵੀ ਤਸ਼ੱਦਦ ਬਹੁਤ ਵੱਡਾ ਢਾਇਆ ਜਾ ਰਿਹਾ, ਇਸੇ ਕਰਕੇ, ਸਿਰਫ ਇਸੇ ਕਰਕੇ ਕਿ ਇਹ ਸੱਚ ਬੋਲਦੀ ਸੀ, ਬੀਬੀ ਹੱਕ ਦੀ ਗੱਲ ਕਰਦੀ ਸੀ ਕਿ ਇਹਨਾਂ ਦਾ ਉਜਾੜਾ ਬੰਦ ਕੀਤਾ ਜਾਵੇ। ਸੋ ਉਹਦੀ ਸਜ਼ਾ ਜਿਹੜੀ ਇਹਨੂੰ, ਇਹਦੀ ਭੈਣ ਨੂੰ, ਇਹਦੇ ਪਰਿਵਾਰ ਨੂੰ ਦਿੱਤੀ ਜਾ ਰਹੀ ਹੈ। ਹੁਣ ਇਹ ਬੀਬੀ ਜਿਹੜੀ ਸੋਨੀ ਸੋਰੀ, ਇਹ ਆਮ ਆਦਮੀ ਪਾਰਟੀ ਦੀ ਵੀ ਵਰਕਰ ਆ, ਜਿਹੜੀ ਵੱਡੀ ਗੱਲ ਆ, ਆਮ ਆਦਮੀ ਪਾਰਟੀ ਨੂੰ ਵੀ ਸਪੋਰਟ ਕਰਦੀ ਹੈ, ਇਹਨਾਂ ਦੀ ਵਿਚਾਰਧਾਰਾ ਦੀ ਕਾਇਲ ਆ, ਇਹਨਾਂ ਦੇ ਨਾਲ ਤੁਰਦੀ ਆ। ਤਾਂ ਆਮ ਆਦਮੀ ਪਾਰਟੀ ਜਾਂ ਕਹਿ ਲਈਏ ਕਿ ਉਹਦਾ ਉਹ ਕੰਮ ਆ ਜਿਹੜਾ, ਉਹ ਇਸ ਚੀਜ਼ ਦੇ ਆੜੇ ਆਉਂਦਾ ਕਿ ਇਸ ਬੀਬੀ ਨੇ ਇੱਥੋਂ ਤੱਕ ਆਖ ਦਿੱਤਾ ਕਿ ਜਿਹੜਾ ਮੇਰੇ ਤੇ ਹਮਲਾ ਹੋਇਆ ਉੱਥੋਂ ਦਾ ਆਈਜੀ ਹੈ ਜਿਹੜਾ ਉਸ ਰੇਂਜ ਦਾ, ਤਾਂ ਉਸ ਨੇ ਕਰਵਾਇਆ। ਪਰ ਉਹਨੂੰ ਜਦੋਂ ਪੁੱਛਿਆ ਗਿਆ ਤੇ ਉਸ ਬੰਦੇ ਦਾ ਜਿਹੜਾ ਜਵਾਬ ਸੀ ਤੁਸੀਂ ਸੁਣ ਕੇ ਦੰਗ ਰਹਿ ਜਾਓਗੇ, ਉਹ ਕਹਿੰਦਾ ਲਾਈ ਜਾਵੇ ਇਲਜ਼ਾਮ, ਮੈਂ ਇਹੋ ਜਿਹੀਆਂ ਬਜ਼ਾਰੂ ਔਰਤਾਂ ਦਾ ਜਵਾਬ ਨਹੀਂ ਦਿੰਦਾ। ਸੋ ਉਸ ਆਈ ਜੀ ਦਾ ਇਹ ਜਵਾਬ ਸੀ। ਸੋ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਇੱਕ ਜਿਹੜੀ ਵਿਕਟਮ ਹੈ ਉਹ ਦੋਸ਼ ਲਾਉਂਦੀ ਹੈ, ਤੇ ਜਿਹਦੇ ਤੇ ਦੋਸ਼ ਲੱਗ ਰਿਹਾ ਉਹ ਕਹਿੰਦਾ ਜੀ ਕਿ ਉਹ ਬਜ਼ਾਰੂ ਔਰਤ ਹੈ। ਸੋ ਇੱਥੇ ਹੁਣ ਦੇਖ ਲਓ ਕੀ ਬਣੇਗਾ, ਕੀ ਬਣਨ ਵਾਲਾ। ਪਰ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਉਹ ਤਸਵੀਰ ਦਾ ਦੂਜਾ ਪਾਸਾ ਵੀ ਵਿਖਾ ਜਾਂਦੀਆਂ ਕਦੇ ਕਦੇ ਕਿ ਰਾਸ਼ਟਰ ਭਗਤੀ ਤੋਂ ਜਿਹੜਾ ਦੂਜਾ ਪਾਸਾ, ਜਿਹੜਾ ਪਿਛਲਾ ਪਾਸਾ ਹੈ ਰਾਸ਼ਟਰ ਭਗਤੀ ਤੋਂ ਪਿਛਲਾ ਪਾਸਾ ਜਿਹੜਾ,
ਉਹ ਇੱਕ ਵੱਖਰਾ ਹੀ ਪਾਸਾ, ਕਦੇ ਉਹ ਵਿਹਲ ਮਿਲੇ ਉਹਨੂੰ ਵੀ ਖੰਗਾਲ ਲਓ, ਉਹਨੂੰ ਵੀ ਵੇਖ ਲਓ ਕਿ ਇਹ ਕੀ ਹੋ ਰਿਹਾ। ਉਹ ਜਿਹਨਾਂ ਦੇ ਨਾਲ ਹੋ ਰਿਹਾ ਉਹ ਵੀ ਇਸ ਰਾਸ਼ਟਰ ਦੇ ਜਾਣਿਆ, ਇਸ ਰਾਸ਼ਟਰ ਦੇ ਹੀ ਬਛਿੰਦੇ ਆ। ਜੀ ਜੀ ਬਿਲਕੁਲ ਜੀ, ਇਹ ਗੱਲ ਇੱਥੇ ਸਪਸ਼ਟ ਜਿਹੜੀ ਹੋ ਜਾਂਦੀ ਹੈ ਵੀ ਇਹ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਕਿੱਦਾਂ ਦੀਆਂ ਜਿਹੜੀਆਂ ਹਮੇਸ਼ਾ ਰਹੀਆਂ ਆ, ਚਾਹੇ ਉਹ ਕਿਸਾਨਾਂ ਪ੍ਰਤੀ ਆ, ਚਾਹੇ ਉਹ ਆਦੀਵਾਸੀਆਂ ਪ੍ਰਤੀ ਆ, ਚਾਹੇ ਕੋਈ ਵੀ ਜਿਹੜਾ ਆਪਣੀ ਗੱਲ ਦੇ ਲੜੀ ਉੱਥੇ ਲੜ ਰਿਹਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਥਾਣਿਆਂ ਦੇ ਵਿੱਚ ਬਿਨਾਂ ਮਤਲਬ ਤੋਂ ਜਾਤ ਲਿਖਣ ਤੇ ਰੋਕ। ਇਹ ਅੱਗੇ ਵੀ ਮਸਲਾ ਉੱਠਿਆ ਸੀਗਾ, ਉਸ ਦਿਨ ਵੀ ਆਪਾਂ ਗੱਲ ਕੀਤੀ ਸੀਗੀ ਇਹਦੇ ਤੇ ਕਿ ਥਾਣਿਆਂ ਦੇ ਵਿੱਚ ਜਾਤ ਦਾ ਕੰਮ ਕੀ ਆ। ਤਾਂ ਸਾਡੇ ਇੱਥੇ ਰਵਾਇਤ ਆ, ਵੈਸੇ ਤੇ ਜਿਹੜਾ ਰਾਤ ਨੂੰ ਪੁੱਛਗਿੱਛ ਦਾ ਸ਼ਿਕਾਰ ਹੋਵੇ ਉਹਨੂੰ ਤੇ ਕੁਛ ਵੀ ਨੀ ਪੁੱਛਿਆ ਜਾਂਦਾ, ਉਹਨੂੰ ਤੇ ਦੱਸਿਆ ਹੀ ਜਾਂਦਾ, ਉਹਨੂੰ ਤੇ ਲੰਮਾ ਪਾ ਕੇ ਦੱਸਿਆ ਹੀ ਜਾਂਦਾ, ਉਹਦੇ ਤੋਂ ਕੁਛ ਨੀ ਪੁੱਛਿਆ ਜਾਂਦਾ, ਪੁੱਛਿਆ ਸਵੇਰੇ ਜਾਂਦਾ। ਤਾਂ ਜਿਹੜਾ ਦਿਨ ਦੇ ਚਾਨਣੇ ਚ ਪੁੱਛਗਿੱਛ ਕਰਵਾ ਕੇ ਆਉਂਦਾ ਉਹਦੀ ਪੁੱਛਗਿੱਛ ਕੁਛ ਇਉਂ ਸ਼ੁਰੂ ਹੁੰਦੀ ਹੈ, ਨਾਂ ਕੀ ਹੈ ਤੇਰਾ, ਤੇਰੇ ਪਿਓ ਦਾ ਨਾਂ ਕੀ ਹੈ, ਪਿੰਡ ਕਿਹੜਾ, ਕਾਹਦੇ ਚ ਆਇਆ, ਫਿਰ ਅੰਤ ਚ ਪੁੱਛਿਆ ਜਾਂਦਾ ਜਾਤ ਕੀ ਹੈ ਤੇਰੀ। ਸੋ ਉਹ ਜੇ ਕੇਸ ਦਰਜ ਕੀਤਾ ਜਾਂਦਾ ਤਾਂ ਉੱਥੇ ਉਹਦੀ ਜਾਤ ਵੀ ਲਿਖੀ ਜਾਂਦੀ ਹੈ, ਨਾਲ ਐਡਰੈਸ, ਪਿਓ ਦਾ ਨਾਮ, ਸਾਰਾ ਕੁਛ ਲਿਖ ਲਿਖਾ ਕੇ ਨਾਲ ਜਾਤ ਲਿਖੀ ਜਾਂਦੀ ਕਿ ਫਲਾਣਾ ਜੱਟ ਸਿੱਖ ਹੈ, ਮਜ਼ਹਬੀ ਸਿੱਖ ਹੈ, ਰਵਿਦਾਸੀ ਹੈ, ਜੋ ਵੀ ਹੈ, ਤਾਂ ਉਹਦੀ ਜਾਤ ਵੀ ਲਿਖੀ ਜਾਂਦੀ। ਫਿਰ ਉਹੀ ਜਾਤ ਵਾਲਾ ਜਿਹੜਾ ਚਿੱਠਾ ਆ ਉਹ ਅਦਾਲਤ ਚ ਚਲੇ ਜਾਂਦਾ, ਉੱਥੇ ਵੀ ਉਹ ਚੀਜ਼ ਜਿਹੜੀ ਹੈ ਨਾਲ ਪੜ੍ਹੀ ਜਾਂਦੀ ਹੈ। ਉਹ ਜਦੋਂ ਕੋਈ ਸਜ਼ਾ ਦਾ ਸ਼ਿਕਾਰ ਹੋ ਜਾਂਦਾ ਫਿਰ ਉਹੀ ਕਾਗਜ਼ ਜਿਹੜੇ ਆ ਜੇਲ੍ਹ ਚ ਚਲੇ ਜਾਂਦੇ ਆ, ਉਹੀ ਜਾਤ ਉੱਥੇ ਵੀ ਲੱਗ ਜਾਂਦੀ ਹੈ। ਸੋ ਉਹ ਜਿਹੜੀ ਜਾਤ ਹੈ ਉਹ ਨਾਲੇ ਨਾਲ ਹੀ ਤੁਰੀ ਜਾਂਦੀ ਹੈ ਬੰਦੇ ਦੇ, ਉਹ ਫਿਰ 100 ਸਾਲ ਭਾਵੇਂ ਕਾਗਜ਼ ਆ ਜਿਹੜੇ ਉਹ ਤੁਰੇ ਫਿਰਨ, ਉਹ ਜਾਤ ਜਿਹੜੀ ਆ ਉਹਦੀ ਜਾਤ ਦੀ ਪੂਛ ਨਾਲ ਹੀ ਤੁਰੀ ਆਉਂਦੀ ਹੈ। ਇਹ ਇੱਕ ਪੁਲਿਸ ਮੁਲਾਜ਼ਮ ਨੇ ਪਿੱਛੇ ਜੇ DGP ਨੂੰ ਦਿੱਤਾ ਸੀ ਸੁਝਾਅ ਕਿ ਇਹ ਬੇਲੋੜੀ ਹੈ, ਪੁੱਛਗਿੱਛ ਦੇ ਵਿੱਚ ਜਾਤ ਦਾ ਜਿਹੜਾ ਕੰਮ ਹੈ ਬੇਲੋੜਾ ਹੈ, ਤੇ ਹੈ ਵੀ ਬੇਲੋੜਾ ਹੈ। ਜਦੋਂ ਦੇਖੋ ਤੁਸੀਂ ਨਾ ਹੀ ਪੁੱਛ ਲਿਆ, ਬੰਦੇ ਦਾ ਪਿੰਡ ਪੁੱਛ ਲਿਆ, ਉਹਦਾ ਐਡਰੈਸ ਕਨਫਰਮ ਕਰ ਲਿਆ, ਤੁਸੀਂ ਉਹਦੇ ਫਿੰਗਰਪ੍ਰਿੰਟ ਲੈ ਲਏ, ਤੁਸੀਂ ਉਹਦੇ ਸੱਟਾਂ ਦੇ ਨਿਸ਼ਾਨ ਲਿਖ ਦਿੱਤੇ, ਫਿਰ ਪਿੱਛੇ ਕੀ ਰਹਿ ਗਿਆ, ਜਾਤੀ ਕਾਹਦੇ ਲਈ ਲਿਖਣੀ ਹੈ। ਸੋ ਇਹ ਹੈ ਹੀ ਬੇਲੋੜਾ ਸੀਗਾ। ਉਸ ਚੀਜ਼ ਨੂੰ ਸਮਝਦਿਆਂ ਇਹਨਾਂ ਨੇ ਹੁਣ ਬਿੱਲ ਵੀ ਪਾਸ ਕਰ ਦਿੱਤਾ ਕਿ ਥਾਣਿਆਂ ਦੇ ਵਿੱਚ ਜਾਤ ਪੁੱਛਣੀ ਹੈ ਜਿਹੜੀ ਉਹ ਹੁਣ ਬਿਲਕੁਲ ਮਨਾ ਹੋਵੇਗੀ, ਜਾਤ ਲਿਖਣੀ ਪੁੱਛਣੀ ਬਿਲਕੁਲ ਉਹ ਬੰਦ ਕੀਤੀ ਜਾਵੇਗੀ। ਪਰ ਸਵਾਲ ਦੂਜਾ ਵੀ ਹੈ ਕਿ ਉੱਥੇ ਕੱਲੀ ਜਾਤ ਜਿਹੜੀ ਹੈ ਉਹਨਾਂ ਤੋਂ ਨਹੀਂ ਪੁੱਛੀ ਜਾਂਦੀ, ਜਿਹੜੇ ਉੱਥੇ ਮੁਲਜ਼ਮ ਹੁੰਦੇ ਆ ਜਾਂ ਜਿਹੜੇ ਉੱਥੇ ਪੁੱਛਗਿੱਛ ਲਈ ਆਉਂਦੇ ਆ। ਰਾਤ ਨੂੰ ਜਦੋਂ ਇਹਨਾਂ ਨੇ ਪਾਗਲ ਪਾਣੀ ਪੀਤਾ ਹੁੰਦਾ ਹੈ, ਉੱਥੇ ਮੌਜੂਦ ਜਿਹੜੇ ਹੋਮਗਾਰਡ ਦੇ ਜਵਾਨ ਹੁੰਦੇ ਜਾਂ FPO ਦੇ ਜਵਾਨ ਹੁੰਦੇ ਆ ਜਾਂ ਦਰਜਾ 4 ਦੇ ਕਰਮਚਾਰੀ ਹੁੰਦੇ ਆ ਜਾਂ ਰਸੋਈਆ ਹੁੰਦਾ ਜਾਂ ਕੋਈ ਜਮਾਦਾਰ ਹੁੰਦਾ, ਤਾਂ ਜਿਹੜੇ ਜੱਟਵਾਦ ਦੇ ਪੋਵੇ ਚੋਂ ਹਾਰਾ ਲਾਈ ਬੈਠੇ ਹੁੰਦੇ ਆ ਉਹ ਉੱਥੇ ਉਹਨਾਂ ਨੂੰ ਆਵਾਜ਼ ਜਦੋਂ ਮਾਰਦੇ ਆ, ਨਾਮ ਲੈ ਕੇ ਨਹੀਂ ਮਾਰਦੇ, ਉਹਨਾਂ ਦੀ ਜਾਤ ਨੂੰ ਆਵਾਜ਼ ਮਾਰਦੇ ਆ। ਸੋ ਉਹ ਵੀ ਤਾਂ ਬੰਦ ਹੋਣਾ ਚਾਹੀਦਾ ਨਾ, ਉਹ ਵੀ ਤਾਂ ਜਾਤੀਵਾਦ ਆ। ਤੀਜੀ ਗੱਲ, ਜਿਨ੍ਹਾਂ ਨੇ ਇਹ ਕਾਨੂੰਨ ਪਾਸ ਕੀਤਾ ਆ, ਜਿਨ੍ਹਾਂ ਨੇ ਇਹ ਬਣਾ ਦਿੱਤਾ ਕਿ ਚਲੋ ਜੀ ਇਹ ਕੰਮ ਬੰਦ ਕਰੋ, ਇਹ ਕੰਮ ਬੜਾ ਬੁਰਾ, ਤੇ ਉਹ ਆਪ ਕੀ ਕਰਦੇ ਆ, ਉਹਨਾਂ ਦੀਆਂ ਪਾਰਟੀਆਂ ਚ ਕੀ ਹੈ, ਹਰੇਕ ਪਾਰਟੀ ਚ ਦੇਖ ਲਓ ਉਹਨਾਂ ਦਾ, ਕੋਈ SC ਸੈੱਲ ਆ, ਕੋਈ ST ਸੈੱਲ ਆ, ਕੋਈ ਫਲਾਣਾ ਸੈੱਲ, BC ਸੈੱਲ ਆ, ਉਹ ਕੀ ਕਰਦੇ ਆ, ਉਹ ਵੀ ਤੇ ਜਾਤੀਵਾਦ ਹੈ ਨਾ। ਤੁਸੀਂ ਥਾਣਿਆਂ ਚ ਜਾਤੀਵਾਦ ਖਤਮ ਕਰ ਦਿਓ, ਤੇ ਪਹਿਲਾਂ ਯਾਰ ਤੁਸੀਂ ਆਪਦੀ ਪਾਰਟੀਆਂ ਚ ਵੀ ਤਾਂ ਜਾਤੀਵਾਦ ਖਤਮ ਕਰੋ ਨਾ, ਕਿ ਤੁਸੀਂ SC ਨੂੰ ਅੱਡ ਦਿੱਤੀ ਹੋਈ ਆ, BC ਨੂੰ ਤੁਸੀਂ ਅੱਡ ਦਿੱਤੀ ਹੋਈ ਹੈ। ਸੋ ਇਹ ਸਭ ਤੋਂ ਵੱਡਾ ਜਾਤੀਵਾਦ ਤੇ ਪਾਰਟੀਆਂ ਦੇ ਵਿੱਚ ਹੈ, SC ਪਾਰਟੀਆਂ ਦੇ ਵਿੱਚ ਹੈ। ਜੀ ਜੀ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਕਿਸਾਨਾਂ ਦਾ ਮੁਆਵਜ਼ਾ ਦਿਵਾਉਣ ਲਈ ਹੋਵੇਗੀ ਰੇਲਵੇ ਸਟੇਸ਼ਨਾਂ ਦੀ ਸੰਪਤੀ ਕੁਰਕ। ਇੱਕ ਦਿਨ ਅੱਗੇ ਖਬਰ ਆਈ ਸੀਗੀ ਕਿ ਇੱਕ ਮੁਲਾਜ਼ਮ ਸੀਗਾ ਬਿਜਲੀ ਵਿਭਾਗ ਦਾ, ਉਹਦੀ ਤਨਖਾਹ ਕੋਰਟ ਦੇ ਵਿੱਚ ਜਦੋਂ ਉਹਦੀ ਤਨਖਾਹ ਤੈਅ ਕੀਤੀ ਗਈ, ਜੋ ਇਹ ਦੇ ਨਹੀਂ ਸੀ ਰਿਹਾ ਵਿਭਾਗ, ਤੇ ਉਹ ਤਨਖਾਹ ਇੰਨੀ ਬਣ ਗਈ ਕਿ ਇਹਨਾਂ ਕੋਲ ਦੇਣ ਲਈ ਉੱਥੇ ਹੈ ਹੀ ਕੁਛ ਨਹੀਂ ਸੀ। ਫਿਰ ਅੱਕ ਕੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪਾਵਰ ਕੰਮ ਦੇ ਜਿਹੜੇ ਦਫ਼ਤਰ ਦੀ ਕੁਰਕੀ ਕਰ ਦਿਓ, ਮੇਜ਼ ਕੁਰਸੀਆਂ ਜਿਹੜੇ ਚੁੱਕ ਕੇ ਵੇਚ ਕੇ, ਤੇ ਇਸ ਗਰੀਬ ਦੀ ਤਨਖਾਹ ਜਿਹੜੀ ਪੂਰੀ ਕਰੋ। ਇਹ ਮਾਮਲਾ ਵੀ ਕੁਛ ਉਸੇ ਤਰ੍ਹਾਂ ਦਾ ਹੀ ਹੈ। ਇਹ ਅਸਲ ਦੇ ਵਿੱਚ 2005 ਦੇ ਵਿੱਚ ਮੋਰਿੰਡਾ ਲੁਧਿਆਣੇ ਦਾ ਜਿਹੜਾ ਰੇਲਵੇ ਮਾਰਗ ਬਣਿਆ ਸੀ, ਉਦੋਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀਗੀ, ਤਾਂ ਉਹਦੇ ਵਿੱਚ ਕਿਸਾਨਾਂ ਨੂੰ ਉਸ ਸਮੇਂ ਸ਼ਾਇਦ 12 ਲੱਖ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਸੀਗਾ। ਉਹ ਕਿਸਾਨਾਂ ਨੇ ਬਾਅਦ ਦੇ ਵਿੱਚ ਰਿੱਟ ਪਾ ਦਿੱਤੀ, ਅਦਾਲਤ ਦੇ ਵਿੱਚ ਚਲੇ ਗਏ ਕਿ ਸਾਨੂੰ ਮੁਆਵਜ਼ਾ ਜਿਹੜਾ ਉਹ ਬਹੁਤ ਥੋੜਾ ਦਿੱਤਾ ਗਿਆ। ਤਾਂ ਫਿਰ ਅਦਾਲਤ ਨੇ ਉਹ
12 ਤੋਂ 14 ਲੱਖ ਕਰ ਦਿੱਤਾ ਸੀ ਮੁਆਵਜ਼ਾ। ਸੋ ਉਹਨਾਂ ਦਾ ਮੁਆਵਜ਼ਾ ਜਿਹੜਾ 2 ਲੱਖ ਪ੍ਰਤੀ ਏਕੜ ਵੱਧ ਗਿਆ ਸੀ, ਪਰ ਉਹ ਵਧਿਆ ਹੋਇਆ ਮੁਆਵਜ਼ਾ ਜਿਹੜਾ ਉਹ ਇਹਨਾਂ ਨੇ ਅਦਾ ਨਹੀਂ ਕੀਤਾ। ਉਹ ਤਰੀਕਾਂ ਪੈਂਦੀਆਂ ਰਹੀਆਂ, ਅਦਾਲਤਾਂ ਹੁਕਮ ਸੁਣਾਉਂਦੀਆਂ ਰਹੀਆਂ, ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ। ਆਖਰ ਨੂੰ ਹੁਣ ਉਹਨਾਂ ਨੇ ਇਹ ਜਿਹੜਾ ਇਹ ਹੁਕਮ ਜਾਰੀ ਕਰ ਦਿੱਤਾ ਕਿ ਇੱਕ ਜਿਹੜੇ ਦੋ ਸਟੇਸ਼ਨ ਆ, ਇੱਕ ਤੇ ਸ਼ਾਇਦ ਹੈ ਰੋਪੜ ਦਾ ਸ਼ਾਇਦ, ਔਰ ਦੂਸਰਾ ਕਿ ਜਿਹੜਾ ਉੱਥੇ ਨਜ਼ਦੀਕ ਉਸ ਇਲਾਕੇ ਚ ਪੈਂਦਾ, ਕਿ ਇਹ ਦੋਵੇਂ ਜਿਹੜੇ ਸਟੇਸ਼ਨ ਹੈ ਇਹ ਵੇਚ ਕੇ ਇਹਨਾਂ ਦੀਆਂ ਜਿਹੜੀਆਂ ਕੁਰਸੀਆਂ, ਮੇਜ਼, ਕੰਪਿਊਟਰ, ਰੋਪੜ ਦਾ ਇਹਦੇ ਵਿੱਚ ਜੋ ਵੀ ਸਮਾਨ ਆਉਂਦਾ ਇਹ ਸਾਰਾ ਵੇਚ ਕੇ, ਔਰ ਦੂਸਰਾ ਸਟੇਸ਼ਨ ਹੈ ਜਿਹੜਾ ਲਾਗਲਾ ਉਹਦਾ ਵੀ ਸਮਾਨ ਵੇਚ ਕੇ ਇਹ ਕਿਸਾਨਾਂ ਦੀ ਭਰਪਾਈ ਕੀਤੀ ਜਾਵੇ। ਹੁਣ ਵੇਖੋ ਪਾਵਰ ਕੰਮ ਤੇ ਆਉਂਦਾ ਸਾਡੇ ਜਿਹੜੇ ਤੁਹਾਨੂੰ ਪਤਾ ਕਿ ਖਜ਼ਾਨਾ ਉਹੋ ਜਿਹਾ ਸਾਡਾ, ਅਸੀਂ ਤੇ ਕਹਿ ਸਕਦੇ ਹਾਂ। ਹੁਣ ਕੇਂਦਰ ਦੇ ਅਧੀਨ ਇਹ ਰੇਲਵੇ ਵਿਭਾਗ ਹੈ, ਤਾਂ ਕੇਂਦਰ ਵੀ ਉਹੋ ਜਿਹੇ ਪਦ ਚਿੰਨ੍ਹਾਂ ਤੇ ਚੱਲਦਾ ਪਿਆ ਜਿਹੋ ਜਿਹੀ ਪੰਜਾਬ ਸਰਕਾਰ ਚੱਲਦੀ ਕਿ ਇੱਧਰੋਂ ਬਟਾਲਾ ਹੋ ਜਾਵੇ, ਉੱਧਰੋਂ ਬਟਾਲਾ ਹੋ ਜਾਵੇ, ਇੱਧਰੋਂ ਵੀ ਨਾ ਦੇਣਾ ਪਵੇ, ਉੱਧਰੋਂ ਵੀ ਨਾ ਦੇਣਾ ਪਵੇ, ਯਾਨੀ ਉਹ ਕੇਂਦਰ ਵੀ ਉਹੋ ਜਿਹਾ ਕੁਛ ਕਰਦੀ ਪਈ ਹੈ। ਹੁਣ ਇਹ ਕੁਰਕੀ ਹੋਣ ਤੇ ਹੋਣੀ ਨੀ ਕੁਰਕੀ, ਅੱਗੇ ਉਹ ਪਾਵਰ ਕੰਮ ਵਾਲਾ ਸੀਗਾ ਜਿਹੜਾ, ਕੁਰਕੀ ਨੀ ਸੀ ਹੋਈ, ਇਹਨਾਂ ਨੇ ਪੈਸੇ ਦੇ ਦਿੱਤੇ। ਹੁਣ ਜਦੋਂ ਕੁਰਕੀ ਦਾ ਨੋਟਿਸ ਲੱਗੇਗਾ, ਹੁਣ ਇਹ ਸਟੇਸ਼ਨ ਤੇ ਆਪਦਾ ਜਿਹੜਾ ਨਿਲਾਮ ਕਰਨੋ ਹੀ ਰਹੇ, ਤਾਂ ਹੁਣ ਦੇ ਵੀ ਦੇਣਗੇ, ਪਰ ਗੱਲ ਉਹੀ ਹੈ, ਦੁੱਧ ਦੇਣਾ ਵੀ ਹੈ, ਦੇਣਾ ਵੀ ਮੀਂਗਣਾ ਘੋਲ ਕੇ ਆ। ਸੋ ਇਹਨਾਂ ਨੇ ਅਦਾ ਵੀ ਕਰਨਾ, ਪਰ ਖੱਜਲ ਖੁਆਰੀ ਜਿਹੜੀ ਕਿਸਾਨਾਂ ਨੂੰ ਕਰਕੇ ਦੇਣੀ ਆ, ਇਹ ਇਹਦੇ ਵਿੱਚ ਹੈ ਕੁਛ ਨੀ, ਨੁਕਸਾਨ ਇਹਨਾਂ ਦੇ ਵਿਭਾਗ ਦਾ, ਪਰ ਗੱਲ ਇਹ ਹੈ ਕਿ ਸ਼ਰਮ ਇਨਕੋ ਆਤੀ ਨਹੀਂ, ਬਸ ਸ਼ਰਮ ਦਾ ਘਾਟਾ ਹੈ ਜੀ। ਜੀ ਬਿਲਕੁਲ, ਤੇ ਕੋਈ ਚੀਜ਼ ਛੱਡਣਗੇ ਸਰਕਾਰ ਵਾਲੇ ਵੀ ਉਹਦੀ ਨਾ ਕੁਰਕੀ ਕੀਤੀ ਜਾਵੇ ਕਿ ਪੂਰੇ ਦਾ ਪੂਰਾ ਪੰਜਾਬ ਹੀ ਵਿਕ ਜੂਗਾ ਹੌਲੀ ਹੌਲੀ ਏਦਾਂ? ਇਹ ਤਾਂ ਤੁਹਾਡਾ ਸਵਾਲ ਹੈ ਜਿਹੜਾ ਬੜਾ ਬਹੁਤ ਕੁਛ ਮੰਗਦਾ, ਵਿਚਾਰ ਮੰਗਦਾ, ਬਹੁਤ ਇੱਕ ਬਹਿਸ ਮੰਗਦਾ। ਪਰ ਜੇ ਕੁਰਕੀ ਤੇ ਗੱਲ ਕਰੀਏ ਤੇ ਸਟੇਸ਼ਨਾਂ ਦੀ ਕੁਰਕੀ ਆ ਗਈ ਹੈ, ਪਾਵਰ ਕੰਮ ਦੀ ਕੁਰਕੀ ਆ ਗਈ ਹੈ, ਜੇਲ੍ਹਾਂ ਸਾਡੀਆਂ ਵਿਕ ਗਈਆਂ, ਸਾਡੇ ਬਿਰਧ ਆਸ਼ਰਮ ਵਿਕ ਗਏ, ਕੁਰਕੀ ਨੂੰ ਕੀ ਰਹਿ ਗਿਆ ਜੀ? ਕਿਸਾਨ ਦੀ ਜ਼ਮੀਨ ਪਹਿਲਾਂ ਹੀ ਕੁਰਕ ਹੋਈ ਪਈ ਸੀ ਬੈਂਕਾਂ ਦੇ ਕੋਲ, ਰਹਿ ਕੀ ਗਿਆ ਸਾਡੇ ਕੋਲ? ਕੁੱਲ ਮਿਲਾ ਪਾਣੀ ਰਹਿ ਗਿਆ ਸੀ, ਉਹਦੀ ਵੀ ਕੁਰਕੀ ਅੱਜ ਕੱਲ੍ਹ ਹੋਈ ਜਾਂਦੀ ਹੈ। ਲਓ ਜੀ, ਤੇ ਅਗਲਾ ਸਵਾਲ ਵੀ ਆਪਾਂ ਪਾਣੀ ਤੇ ਕਹਿੰਦੇ ਹਾਂ ਵੀ ਅਕਾਲੀ ਦਲ ਨੇ ਕੇਜਰੀਵਾਲ ਨੂੰ SYL ਤੇ ਜਿਹੜਾ ਜੀ ਸਪਸ਼ਟ ਕਰਨ ਨੂੰ ਆ ਕੇ ਸਟੈਂਡ ਆਪਣਾ। ਮੈਂ ਅੱਗੇ ਸੋਚਦਾ ਪਿਆ ਸੀਗਾ ਜੀ ਕਿ ਇਹਨਾਂ ਨੇ ਪਾਣੀ ਦੇ ਮੁੱਦੇ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਘੇਰਿਆ, ਉਹੀ ਗੱਲ ਹੋ ਗਈ ਕਿ ਦੋ ਤਿੰਨ ਦਿਨ ਇਹਨਾਂ ਨੇ ਕੱਢ ਕਿਵੇਂ ਲਏ, ਇਹਨਾਂ ਨੇ ਫਾਨਾ ਰਾਤ ਦੇਣਾ ਸੀਗਾ ਭਾਈ ਤੂੰ ਨੀ ਬੋਲਦਾ, ਤੇ ਉਹੀ ਗੱਲ ਹੋ ਗਈ। ਅੱਜ ਇਹਨਾਂ ਦੇ ਜਿਹੜੇ ਜਨਰਲ ਸਕੱਤਰ ਅਮਰਿੰਦਰ ਗਰੇਵਾਲ, ਉਹਨਾਂ ਨੇ ਅੱਜ ਕਰ ਦਿੱਤਾ ਕਿ ਭਾਈ ਅਸੀਂ ਜਿਹੜਾ ਹੈ ਪਾਣੀ ਉਹਦੇ ਤੇ ਆਪਦਾ ਰੁੱਖ ਜਿਹੜਾ ਕਰ ਦਿੱਤਾ ਸਾਫ਼, ਤੇ ਹੁਣ ਤੁਸੀਂ ਵੀ ਰੁੱਖ ਸਾਫ਼ ਕਰੋ ਕਿ ਤੁਸੀਂ ਹਰਿਆਣੇ ਬੰਨੀ ਹੋ ਜਾਂ ਪੰਜਾਬ ਬੰਨੀ ਹੋ। ਇਹਨਾਂ ਨੇ ਕਿਹਾ ਅਮਰਿੰਦਰ ਸਿੰਘ ਗਰੇਵਾਲ ਹੋਰਾਂ ਨੇ ਕਿ 1979 ਦੇ ਵਿੱਚ ਇਹ ਪ੍ਰਕਾਸ਼ ਸਿੰਘ ਬਾਦਲ ਦੀ ਉਦੋਂ ਵੀ ਸਰਕਾਰ ਸੀ ਜਿਹਨਾਂ ਨੇ ਕੇਸ ਪਾਇਆ ਸੀ, ਨੀਚੇ ਪਾਣੀ ਉਦੋਂ ਵੀ ਗਿਆ ਸੀ। ਸੋ ਅਮਰਿੰਦਰ ਸਿੰਘ ਗਰੇਵਾਲ ਦੀਆਂ ਜਿਹੜੀਆਂ ਹੁਣ ਚੁਣੌਤੀਆਂ ਨੇ ਜੋ ਉਹਨਾਂ ਨੇ ਵੰਗਾਰਿਆ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਕਿ ਭਾਈ ਤੁਸੀਂ ਆਪਣਾ ਸਟੈਂਡ ਸਪਸ਼ਟ ਕਰੋ, ਇਹ ਹੁਣ ਦੇਖਾਂਗੇ ਕਿ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਇਸ ਚੀਜ਼ ਦਾ ਜਵਾਬ ਦਿੰਦੀ ਹੈ। ਪਰ ਕੁੱਲ ਮਿਲਾ ਕੇ ਜੇ ਵੇਖੀਏ ਪਾਣੀਆਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਜਿਹੜੀ ਕੁਛ ਦਿਨ ਪਹਿਲਾਂ ਤੱਕ ਪੂਰੇ ਫਰੰਟ ਫੁੱਟ ਤੇ ਸੀਗੀ, ਖਾਸ ਤੌਰ ਤੇ ਮਾਝੀ ਰੈਲੀ ਤੋਂ ਬਾਅਦ ਤੇ ਉਹਨਾਂ ਦੀ ਚੜ੍ਹਤ ਸੀ ਪੂਰੀ, ਤੇ ਖਾਸ ਫਿਰ ਪਰਿਵਾਰ ਜੋੜੋ ਮੁਹਿੰਮ ਉਹਨਾਂ ਦੀ ਸਿਖਰਾਂ ਤੇ ਚਲੇ ਗਈ, ਯਾਨੀ ਆਮ ਆਦਮੀ ਪਾਰਟੀ ਜਿਹੜੀ ਹੈ ਪੂਰੀ ਪੀਕ ਤੇ ਆ ਗਈ ਸੀ। ਪਰ ਜਿਵੇਂ ਹੀ ਪਾਣੀ ਦਾ ਮੁੱਦਾ ਆਇਆ ਆਮ ਆਦਮੀ ਪਾਰਟੀ ਬੈਕ ਫੁੱਟ ਤੇ ਜਾਂਦੀ ਜਾਂਦੀ, ਕਿਤੇ ਵੀ ਅੱਜ ਤੁਸੀਂ ਫਰੇਮ ਦੇ ਵਿੱਚ ਵੇਖ ਲਓ ਆਮ ਆਦਮੀ ਪਾਰਟੀ ਨਹੀਂ ਹੈ। ਚਲੋ ਅਰਵਿੰਦ ਕੇਜਰੀਵਾਲ ਠੀਕ ਆ, ਉਹ ਕਹਿੰਦੇ ਅਕਾਲੀ ਜੋ ਹਰਿਆਣੇ ਦਾ ਜਾਂ ਕੈਪਟਨ ਵੀ ਕਹਿੰਦੇ ਆ ਰੁੱਖ ਸਾਫ਼ ਕਰੇ, ਅਰਵਿੰਦ ਕੇਜਰੀਵਾਲ ਨੇ ਬਹੁਤ ਕੁਛ ਵੇਖਣਾ ਕਿਉਂਕਿ ਉਹਨਾਂ ਨੇ ਕੌਮੀ ਸਿਆਸਤ ਜਿਹੜੀ ਚਲਾਉਣੀ ਹੈ, ਹਰਿਆਣਾ ਵੀ ਵੇਖਣਾ ਉਹਨਾਂ ਨੇ, ਦਿੱਲੀ ਵੀ ਵੇਖਣਾ, ਪੰਜਾਬ ਵੀ ਵੇਖਣਾ, ਉਹ ਸੋਚ ਕੇ ਕਰਨਗੇ। ਠੀਕ ਆ, ਟਾਈਮ ਲੈਣਗੇ, ਸੋਚਣਗੇ, ਆਪਣੀ ਨੀਤੀ ਕਰਨਗੇ, ਉਸ ਮੁਤਾਬਕ ਉਹ ਸਟੈਂਡ ਲੈਣਗੇ। ਪਰ ਪੰਜਾਬ ਦੀ ਲੀਡਰਸ਼ਿਪ ਕੀ ਕਰਦੀ ਪਈ ਹੈ ਜੀ? ਪੰਜਾਬ ਦੀ ਲੀਡਰਸ਼ਿਪ ਬਿਲਕੁਲ ਹੀ ਇਹਨਾਂ ਦੀ ਜਿਹੜੀ ਹੈ ਉਹ ਮੌਨ ਧਾਰ ਗਈ ਇਸ ਮੁੱਦੇ ਤੇ। ਇਹ ਘੱਟੋ ਘੱਟ ਚਲੋ ਅਰਵਿੰਦ ਕੇਜਰੀਵਾਲ ਨਹੀਂ, ਇਹਨਾਂ ਦੀ ਜਿਹੜੀ ਲੋਕਲ ਲੀਡਰਸ਼ਿਪ ਆ ਉਹ ਤੇ ਬਿਆਨ ਦੇ ਗਏ, ਜੇ ਚਲੋ ਮੈਦਾਨ ਚ ਜਾਣ ਦੀ ਗੱਲ ਬਾਅਦ ਚ ਆ, ਬਿਆਨ ਦੇ ਵਿੱਚ ਤੇ ਆਵੇ ਕਿ ਭਾਈ ਅਸੀਂ ਆਹ ਸਟੈਂਡ ਆ ਸਾਡਾ ਰੋਕਿਆ, ਅਸੀਂ ਨਾਲ ਖੜੇ ਹਾਂ,
ਠੀਕ ਆ ਕਿ ਉੱਥੇ ਕੋਈ ਜਾ ਕੇ ਇਹਨਾਂ ਨੇ ਕੋਈ ਇੱਕ ਦੂਜੇ ਦੀਆਂ ਬਾਹਾਂ ਫੜ ਕੇ ਨਹੀਂ ਕਰਨਾ, ਪਰ ਇਹ ਤਾਂ ਕਹਿ ਸਕਦੇ ਆ ਨਾ ਕਿ ਇਸ ਮੁੱਦੇ ਤੇ ਪਾਣੀਆਂ ਦੇ ਮੁੱਦੇ ਤੇ ਅਸੀਂ ਇਹ ਪੰਜਾਬ ਦੇ ਨਾਲ ਖੜੇ ਹਾਂ। ਸੋ ਲੋਕਲ ਲੀਡਰਸ਼ਿਪ ਦਾ ਇਹਦੇ ਚ ਜ਼ਿਆਦਾ ਲੱਗਦਾ ਹੈ ਥੋੜਾ ਜਿਹਾ ਕਸੂਰ, ਕਿ ਉਹ ਬਿਲਕੁਲ ਹੀ ਖਾਸ ਤੌਰ ਤੇ ਸੁੱਚਾ ਸਿੰਘ ਛੋਟੇਪੁਰ ਭਗਵੰਤ ਮਾਨ ਹੋਰੀ ਤੋਂ ਉਹ ਮੁੱਦਾ ਉਠਾ ਚੁੱਕੇ ਆ ਸੰਸਦ ਦੇ ਵਿੱਚ, ਜੋ ਉਹਨਾਂ ਦਾ ਕੰਮ ਹੈ ਇੱਕ ਮੈਂਬਰ ਪਾਰਲੀਮੈਂਟ ਦਾ ਉਹ ਉਠਾਇਆ, ਪਰ ਇੱਥੇ ਕਨਵੀਨਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੱਗੇ ਆ ਕੇ ਫਰੰਟ ਤੇ ਆ ਕੇ ਇੱਕ ਮੁਹਾਜ਼ ਤੇ ਆ ਕੇ ਆਪਣੀ ਪਾਰਟੀ ਨੂੰ ਇਸ ਮਾਮਲੇ ਤੇ ਰੀਪ੍ਰਜੈਂਟ ਕਰੇ। ਪਰ ਉਹ ਤੇ ਉਹਦੇ ਆ ਜਿਹੜੀਆਂ ਵਿਚਾਰਾਂ ਉਹ ਤੁਹਾਨੂੰ ਪਤਾ ਹੀ ਹੈ, ਕਦੇ ਉਹ ਆਖ ਦਿੰਦਾ ਅਸੀਂ ਡੇਰੇ ਬੱਲਾਂ ਤੇ ਜਾਵਾਂਗੇ, ਅੱਜ ਆਖ ਦਿੱਤਾ ਜੀ ਅਸੀਂ ਸੁਨਿਆਰਿਆਂ ਦਾ ਸਮਰਥਨ ਕਰਦੇ ਹਾਂ। ਪਰ ਜਿੱਥੇ ਸਮਰਥਨ ਕਰਨ ਦੀ ਜ਼ਰੂਰਤ ਸੀ, ਸਭ ਤੋਂ ਵੱਡਾ ਮੁੱਦਾ ਜਿਹੜਾ ਬਣਿਆ ਹੋਇਆ ਸੀ, ਉਸ ਮੁੱਦੇ ਤੇ ਸ਼ਾਇਦ ਉਹ ਓਨੀ ਪਕੜ ਨਹੀਂ ਰੱਖ ਸਕੇ ਜਿੰਨੀ ਸਮੇਂ ਦੀ ਨਜ਼ਾਕਤ ਮੰਗਦੀ ਸੀ। ਜੀ ਜੀ, ਤੇ ਜਾਂਦੇ ਜਾਂਦੇ ਆਪਾਂ ਗੱਲ ਕਰਦੇ ਵੀ ਪੰਜਾਬ ਵਿਧਾਨ ਸਭਾ ਤੋਂ ਪਹਿਲਾਂ ਚੱਲੇਗੀ ਜਲ ਬੱਸ। ਜਲ ਬੱਸ ਚੱਲੇਗੀ ਜੀ, ਬਿਲਕੁਲ ਚੱਲੇਗੀ ਜਲ ਬੱਸ। ਔਰ ਮੈਂ ਸੋਚਦਾ ਆ ਕਿ ਜਲ ਬੱਸ ਜਿੱਦਾਂ ਸਾਡੇ ਆਮ ਬੱਸ ਤੇ ਹੁੰਦਾ ਕਿ ਡਰਾਈਵਰ ਵਾਲੀ ਟਾਕੀ ਤੇ ਲਿਖਿਆ ਹੁੰਦਾ ਕਿ ਜੁੱਤੀ ਝਾੜ ਕੇ ਚੜੀ ਮੁੰਡੇ ਆ ਰਹੇ, ਇਸ ਤਰ੍ਹਾਂ ਦਾ ਕੁਛ ਸਲੋਗਨ ਜਿਹਾ ਲਿਖਿਆ ਹੁੰਦਾ ਡਰਾਈਵਰ, ਤੇ ਇਹਦੇ ਤੇ ਕੀ ਲਿਖਣਗੇ? ਇਹ ਲਿਖਿਆ ਹੋਏਗਾ ਕਿ ਜੁੱਤੀ ਝਾੜ ਕੇ ਚੜੀ ਜਥੇਦਾਰਾ, ਗੱਡੀ ਹੈ ਸ਼ਕੀਨ ਸਰਕਾਰ ਦੀ, ਉਹ ਸਲੋਗਨ ਲਿਖਿਆ ਹੋਏਗਾ ਸ਼ਾਇਦ। ਤਾਂ ਇਹ ਜਿਹੜੀ ਜਲ ਬੱਸ ਆਉਣੀ ਹੈ ਇਹ ਮਹਿੰਗੀ ਬਹੁਤ ਆਉਣੀ ਹੈ, ਵੈਸੇ ਦੱਸਦੇ ਆ ਕਿ 4.5 ਕਰੋੜ ਦੀ ਇੱਕ ਆ, ਤੇ 4.5 ਕਰੋੜ ਰੁਪਇਆ ਜਿਹੜਾ ਬੜਾ ਵੱਡਾ ਹੁੰਦਾ। ਇਹ ਜਲ ਬੱਸ ਵੀ ਆ ਗਈ, ਸੀਮੈਂਟਡ ਉਹਨਾਂ ਨੇ ਸੜਕ ਕਹੀ ਸੀ ਉਹ ਵੀ ਬਣਾ ਦਿੱਤੀ, ਦੋਵੇਂ ਹੀ ਅੜੀਆਂ ਜਿਹੜੀਆਂ ਪਗਾ ਦਿੱਤੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਬਠਿੰਡਾ ਤੋਂ ਚੰਡੀਗੜ੍ਹ ਸੜਕ ਬਣਦੀ ਪਈ, ਜਿਵੇਂ ਇਹਨਾਂ ਨੇ ਕਿਹਾ ਸੀ ਕਿ ਭਾਵੇਂ ਬੰਬ ਮਾਰ ਕੇ ਵੇਖ ਲਿਓ, ਬੰਬ ਤੇ ਨਹੀਂ ਵੈਸੇ ਚੱਲਣਾ ਉਹਨੇ, ਪਰ ਸੀਮੈਂਟਡ ਸੜਕ ਜਿਹੜੀ ਕਹੀ ਸੀ ਉਹ ਇਹ ਬਣਾ ਦਿੱਤੀ। ਇਹ ਗੱਲ ਵੱਖਰੀ ਹੈ ਕਿ ਸੀਮੈਂਟਡ ਸੜਕ ਛੱਡ ਕੇ ਭਾਵੇਂ ਸੋਨੇ ਦੀ ਬਣਾ ਦਿਓ, ਉਹ ਨਿਕਲੀ ਲੋਕਾਂ ਦੀ ਜੇਬ ਚ ਟੋਲ ਓਨਾ ਹੀ ਮਹਿੰਗਾ ਲੱਗ ਜਾਣਾ, ਓਨਾ ਹੀ ਵੱਡਾ ਲੱਗ ਜਾਣਾ, ਓਨੇ ਇਲਾਕੇ ਵੱਧ ਜਾਣੇ ਆ, ਜਿਹੋ ਜਿਹੀ ਮਰਜ਼ੀ ਸੜਕ ਬਣਾ ਦਿਓ। ਪਰ ਜਲ ਬੱਸ ਸੀਗੀ ਜਿਹੜੀ, ਕਿਉਂਕਿ ਤੁਹਾਨੂੰ ਪਤਾ ਮਜ਼ਾਕ ਬਣ ਗਿਆ ਸੀ ਇਹਨਾਂ ਦਾ, ਬਹੁਤ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਨੇ ਇਹਨਾਂ ਦਾ ਗੁੱਡਾ ਬੰਨਿਆ ਸੀਗਾ ਕਿ ਇਹ ਗੱਪ ਮਾਰਦੇ ਆ। ਉਸ ਚੀਜ਼ ਨੂੰ, ਉਸ ਮਿੱਥ ਨੂੰ ਤੋੜਨ ਲਈ ਮਰਦੀ ਨੇ ਅੱਕ ਚੱਬਿਆ ਜਿਵੇਂ ਕਹਿੰਦੇ ਆ, ਤਾਂ ਉਹ ਅੱਕ ਚੱਬਣਾ ਪਿਆ, ਜਲ ਬੱਸ ਆਖਰ ਲਿਆਉਣੀ ਪਈ। ਲਿਆ ਕੇ ਕਹਿੰਦੇ ਕਿ ਅਸੀਂ ਹਰੀਕੇ ਝੀਲ ਦੇ ਵਿੱਚ ਜਿਹੜੀ ਉਤਾਰਨੀ ਹੈ, ਪਰ ਇੱਥੇ ਉਹ ਵਾਅਦਾ ਪੂਰਾ ਨਹੀਂ ਹੋਣਾ ਜਿਹੜਾ ਇਹਨਾਂ ਨੇ ਸਾਨੂੰ ਦਿੱਤਾ ਸੀਗਾ ਮਲੋਟ ਵਾਲਿਆਂ ਨੂੰ। ਇਹ ਕਹਿੰਦੇ ਸੀ ਕਿ ਫਰੀਦਕੋਟ ਤੋਂ ਚੜਿਓ ਨਹਿਰਾਂ ਦੇ ਵਿੱਚ ਤੇ ਮਲੋਟ ਆ ਕੇ ਉਤਰਿਓ, ਤੇ ਉਹ ਵੀ ਉਤਰ ਕੇ ਲੋੜ ਨਹੀਂ ਹੈ, ਉਹ ਜਿਹੜੀ ਬੱਸ ਆ ਉਹ ਸੜਕੇ ਸੜਕੇ ਪਾ ਲਿਆ ਕਰੋ, ਸਿੱਧਾ ਪਿੰਡ ਨੂੰ ਪਹੁੰਚ ਜਾ ਕਰੋ, ਕੋਈ ਗੁਰੂ ਸਰ ਨੂੰ ਕੋਈ ਕਬਰ ਵਾਲੇ ਨੂੰ, ਲੋੜ ਹੀ ਨਹੀਂ ਕਿਤੇ ਕਿਸੇ ਪਾਸੇ ਜਾਣ ਦੀ। ਤਾਂ ਉਹ ਲੱਗਦਾ ਕਿ ਜਿਹੜੀਆਂ ਬੱਸਾਂ ਇਹ ਨਹਿਰ ਚ ਨਹੀਂ, ਇਹ ਜਿਹੜੀ ਇੱਕ ਬੱਸ ਹੈ ਉਹ ਸਿਰਫ ਉੱਥੇ ਝੀਲ ਦੇ ਗੇੜੇ ਕੱਢਿਆ ਕਰੇਗੀ। ਪਰ ਸਵਾਲ ਇਹੀ ਉੱਠਦਾ ਜੀ ਕਿ ਦੇਖੋ ਠੀਕ ਆ ਕਿ ਜੇਕਰ ਘਰ ਦੇ ਵਿੱਚ ਸਭ ਕੁਛ ਹੋਵੇ ਤੇ ਫਿਰ ਇਹੋ ਜਿਹੇ ਟਸ਼ਨ ਸੋਹਣੇ ਲੱਗਦੇ ਆ। ਸੈਰ ਸਪਾਟਾ ਕਹਿੰਦੇ, ਸੈਰ ਸਪਾਟੇ ਦਾ ਤਾਂ ਸਾਡੇ ਜਿਹੜਾ ਜਿਹੜਾ ਵਿਭਾਗ ਆ ਉਹਦੇ ਤਾਂ ਉਹਦੇ ਤੇ ਜਿਵੇਂ ਕਹਿ ਲਈਏ ਚੂਲਾਂ ਹਿੱਲੀਆਂ ਪਈਆਂ, ਉਹ ਸੈਰ ਸਪਾਟਾ ਤੇ ਸਾਡਾ ਫੇਲ ਹੋਇਆ ਪਿਆ। ਇੱਕ ਜਿਹੜੀ ਜਲ ਬੱਸ ਆ ਉਹ ਸੈਰ ਸਪਾਟਾ ਕਿੰਨਾ ਕੁ ਉੱਨਤ ਕਰ ਦੇਵੇਗੀ? ਸੈਰ ਸਪਾਟਾ ਜੇ ਉੱਨਤ ਕਰਨਾ ਸੀਗੇ ਤੇ ਜਿਹੜੀਆਂ ਸਾਡੀਆਂ ਇਤਿਹਾਸਕ ਇਮਾਰਤਾਂ ਹੈ, ਜੋ ਸਾਡੇ ਇਤਿਹਾਸਕ ਕੇਂਦਰ ਆ, ਜਾਂ ਜਿਹੜੇ ਵਧੀਆ ਸਪੋਟ ਆ, ਪਿਕਨਿਕ ਸਪੋਟ ਕਹਿ ਸਕਦੇ ਹਾਂ ਜਿਹੜੇ, ਜਾਂ ਹੋਰ ਟੂਰਿਜ਼ਮ ਨਾਲ ਜੁੜੇ, ਉਹਨਾਂ ਦੀ ਦੇਖਭਾਲ ਕਰਨ ਦੀ ਜ਼ਰੂਰਤ ਸੀ। ਉੱਥੇ ਤੇ ਉੱਲੂ ਬੋਲਦੇ ਆ ਤੇ ਇਹਨਾਂ ਨੇ ਇੱਕ ਬੱਸ ਦਾ ਇੰਤਜ਼ਾਮ ਕਰ ਲਿਆ। ਸੋ ਇਹ ਬੱਸ ਠੀਕ ਹੈ ਹੁਣ ਚੱਲੇਗੀ, 2-4 ਮਹੀਨੇ ਚਲਾਉਣੀ ਪੈਣੀ ਹੈ। ਇਹ ਵੀ ਵੱਖਰੀ ਗੱਲ ਹੈ ਕਿ ਉੱਥੇ ਹੁਣ ਪਿੱਛੇ ਜੇ ਦੱਸਦੇ ਸੀ ਕਿ ਮਗਰਮੱਛ ਵੀ ਆ ਜਾਣੇ ਆ, ਮਗਰਮੱਛ ਤੇ ਬੱਸ ਜਿਹੜੀ ਹੈ ਉਹ ਇਕੱਠੀ ਉੱਥੇ ਤੁਰੇ ਫਿਰ ਕਰਨਗੇ ਦੇ ਵਿੱਚ। ਪਰ ਇਹ ਗੱਲ ਸੱਚ ਹੈ ਕਿ ਇਹ ਇੱਕ ਖਜ਼ਾਨਾ ਹੈ ਜਿਹੜਾ, ਇੱਕ ਆਪਣੀ ਅੜੀ ਪਗਾਉਣ ਨੂੰ ਖਜ਼ਾਨਾ ਜਿਹੜਾ ਉਹ ਫਿਰ ਤਰੇਲੀਆਂ ਲੈ ਲਿਆ। ਦੂਜੇ ਨੰਬਰ ਤੇ ਹੁਣ ਸੀਮੈਂਟਡ ਸੜਕ ਵੀ ਬਣ ਗਈ, ਬੱਸ ਵੀ ਆ ਗਈ, ਮੰਗਲ ਗ੍ਰਹਿ ਤੇ ਰੈਲੀ ਰਹਿ ਗਈ, ਸ਼ਾਇਦ ਉਹ ਵੀ ਕਰ ਦੇਣਗੇ। ਪਰ ਮੈਂ ਫਿਰ ਕਹਿੰਦਾ ਆ ਕਿ ਜਿਹੜੇ ਨੰਗਾਂ ਦੇ ਘਰ ਮੁਜ਼ਰੇ ਚੰਗੇ ਨਹੀਂ ਲੱਗਦੇ, ਮੁਜ਼ਰਿਆਂ ਦੇ ਸ਼ੌਂਕ ਨਵਾਬਾਂ ਨੂੰ ਹੀ ਸੌਂਦੇ ਆ। ਸਾਡੀ ਹਾਲੇ ਇਹ ਸਥਿਤੀ ਪ੍ਰਸਥਿਤੀ ਹੋਈ ਨਹੀਂ, ਜਦੋਂ ਹੋਵੇ ਫਿਰ ਭਾਵੇਂ ਜਲ ਬੱਸ ਛੱਡ ਕੇ ਥਲ ਦੇ ਵਿੱਚ ਜਹਾਜ਼ ਰੇੜੀ ਫਿਰਨ, ਕੋਈ ਚੱਕਰ ਨਹੀਂ, ਪਰ ਹਾਲੇ ਸਾਨੂੰ ਪੈਰਾਂ ਤੇ ਖੜੇ ਹੋਣ ਦੀ ਲੋੜ ਆ। ਜੀ ਬਿਲਕੁਲ, ਆਲੇ ਦੁਆਲੇ ਦੇਖ ਲੈਣ ਵੀ ਬਣ ਕੀ ਰਿਹਾ ਆ, ਕੋਈ ਇੱਦਾਂ ਦਾ ਦਿਨ ਲੰਘਦਾ ਨਹੀਂ ਜਿੱਦਣ ਕਿਸੇ
ਮਜ਼ਦੂਰ ਜਾਂ ਕਿਸੇ ਕਿਸਾਨ ਨੇ ਖੁਦਕੁਸ਼ੀ ਨਾ ਕੀਤੀ ਹੋਵੇ, ਇੰਨੇ ਪੈਸੇ ਇੱਥੇ ਵੇਸਟ ਕਰਨ ਲੱਗੇ ਹੋ, ਉਹਨਾਂ ਦੇ ਕਰਜ਼ੇ ਮਾਫ਼ ਕਰਾ ਦਿਓ। ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਗੁਰੂਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀ। ਅਗਲੇ ਬੁਲਟੇ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ, ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਯੂਨੀਵਰਸਿਟੀ ਰਿਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।